ਤੁਸੀਂ ਵੇਖ ਰਹੇ ਹੋ ਸਾਡਾ ਟੀਵੀ ਯੂਐਸਏ ਹਰਿਆਣਾ ਵਿੱਚ ਭਾਜਪਾ ਨੂੰ ਛਟਕਾ ਐਲਨਾਬਾਦ ਤੋਂ ਇਨੈਲੋ ਦੇ ਅਬੈ ਟੋਟਾਲਾ ਜੇਤੂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਐਲਨਾਬਾਦ ਵਿਧਾਨ ਸਭਾ ਸੀਟ ਤੇ ਹੋਈ ਚੋਣ ਇਨੈਲੋ ਨੇ ਜਿੱਤ ਲਈ ਹੈ ਇਨੈਲੋ ਉਮੀਦਵਾਰਾ ਬੈ ਟੋਟਾਲਾ ਨੇ ਸ਼ੁਰੂ ਤੋਂ ਹੀ ਬੜਤ ਬਣਾਈ ਰੱਖੀ ਤੇ ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਨੂੰ ਮਾਤ ਦਿੱਤੀ ਹੈ ਦੱਸ ਦਈਏ ਕਿ ਐਲਨਾਬਾਦ ਤੋਂ ਇਨੈਲੋ ਦੇ ਅਬੈ ਸਿੰਘ ਚਟਾਲਾ ਨੇ ਖੇਤੀ ਕਾਨੂੰਨਾ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਵਿਧਾਇਕੀ ਤੋਂ ਅਸਤੀਫਾ ਦੇ ਇਨਕਾਰਨ ਜਿਮਨੀ ਚੋਣ ਹੋਈ ਹੈ ਇੱਥੇ ਇਨੈਲੋ ਨੇ ਅਬੈ ਚਟਾਲਾ ਹਰਿਆਣਾ ਦੀ ਸੱਤਾਧਾਰੀ ਭਾਜਪਾ ਜਜਪੀ ਗਠਜੋੜ ਦੇ ਗੋਵਿੰਦ ਕਾਂਡਾ ਤੇ ਕਾਂਗਰਸ ਦੇ ਪਵਨ ਬੈਣੀਵਾਲ ਨੂੰ ਟਿਕਟ ਦਿੱਤੀ ਸੀ ग्यारहवें राउंड तो अभय चौटा को पंतली हज़ार एक सौ कोटा भाजपा बयाली हज़ार चौहत्तर वोटा मिली सनते अभय सिंह चौटाला चौदवें राउंड तक उन्हाठ हज़ार अठ सौ अठत्र वोटा भाजपा जजबा उम्मीदवार गोबिंद कांडा ने चरवंजा हज़ार अठ सौ बत्ती कांग्रेस के पवन बैनीवाल ने उन्नी हज़ार छः सौ पंताली वोटा प्राप्त कि पंद्रहवें गेड में भी उम्मीदवार अभय सिंह भाजपा उम्मीदवार गोबिंद कांडा तो 6573 ਵੋਟਾਂ ਨਾਲ ਅੱਗੇ ਰਹੇ ਅਬੇ ਸਿੰਘ ਚਟਾਲਾ ਨੂੰ 65430 ਵੋਟਾਂ ਮਿਲੀਆਂ ਗੋਬਿੰਦ ਕਾਂਡਾ ਨੂੰ 58857 ਵੋਟਾਂ ਮਿਲੀਆਂ ਤੇ ਦੂਜੇ ਸਥਾਨ ਤੇ ਜਦਕੇ ਪਵਨ ਬੈਣੀਵਾਲ ਨੂੰ 20682 ਵੋਟਾਂ ਮਿਲੀਆਂ ਤਾਂ ਦੋਸਤੋ ਜ਼ਿਕਰ ਰਹੀਓ ਗੱਲ ਇਹ ਹੈ ਕਿ ਅਬੇ ਸਿੰਘ ਚਟਾਲਾ ਇਹਨਾਂ ਲੋਤੋ ਜਿੱਤ ਚੁੱਕੇ ਨੇ ਇਸ ਵੇਲੇ ਦੀ ਵੱਡੀ ਅਪਡੇਟ ਹੈ ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ ਟੀਵੀ ਯੂਐਸਏ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ